ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਇੰਦਰਜੀਤ ਸਿੰਘ, ਟੂਰਿਸਟਲ ਇੰਡੀਆ ਤੋਂ। ਦੋਸਤੋ, ਇਹ ਵੀਡੀਓ ਕੈਨੇਡਾ ਟੂਰ ਦੇ ਦੌਰਾਨ ਦੀ ਹੈ। ਕੈਨੇਡਾ 'ਚ ਬਹਿ ਕੇ ਮੈਂ ਇਹ ਵੀਡੀਓ ਜਿਹੜੀ ਹੈਗੀ ਹੈ ਉਹ ਸ਼ੂਟ ਕਰ ਰਿਹਾ ਹੈਗਾ। ਸੋ ਬਹੁਤ ਲੋਕ ਪੁੱਛਦੇ ਹੈਗੇ ਹੈ ਜੀ ਵੀ ਅਸੀਂ ਕੈਨੇਡਾ ਆਉਣਾ ਚਾਹੁੰਦੇ ਹਾਂ, ਅਤੇ ਖਾਸ ਕਰਕੇ ਲੋਕਾਂ ਦਾ ਜਿਹੜਾ ਰੁਝਾਨ ਹੈਗਾ ਉਹ ਵਰਕ ਪਰਮਿਟ ਵਾਲੇ ਪਾਸੇ ਹੈਗਾ। ਮਜਬੂਰੀ ਬਸ ਜ਼ਰੂਰ ਜਿਹੜੇ ਲੋਕ ਹੈਗੇ ਆ ਉਹ ਟੂਰਿਸਟ ਵੀਜ਼ਾ 'ਤੇ ਆਉਣਾ ਚਾਹੁੰਦੇ ਨੇ, ਪਰ ਜ਼ਿਆਦਾਤਰ ਲੋਕ ਇਹੀ ਪੁੱਛਦੇ ਹੈਗੇ ਜੀ ਕੋਈ ਤਰੀਕਾ ਹੈਗਾ ਵੀ ਕੀ ਅਸੀਂ ਵਰਕ ਪਰਮਿਟ 'ਤੇ ਕਨੇਡਾ ਆ ਸਕਦੇ ਹੈਗੇ ਹਾਂ। ਕਿਉਂਕਿ ਪੰਜਾਬੀਆਂ ਦਾ ਦੋਸਤੋ ਖਾਸ ਲਗਾਵ ਹੈਗਾ ਕੈਨੇਡਾ ਦੇ ਨਾਲ, ਪੰਜਾਬੀਆਂ ਦਾ ਜਿਹੜਾ ਹੈਗਾ ਇੱਕ ਮੋਹ ਹੈ। ਔਰ ਤੁਸੀਂ ਜਦੋਂ ਕੈਨੇਡਾ 'ਚ ਹੁੰਦੇ ਹੋ ਤਾਂ ਕਈ ਥਾਵਾਂ ਤੋਂ ਤਾਂ ਬਿਲਕੁਲ ਲੱਗਦਾ ਹੀ ਨਹੀਂ ਹੁੰਦਾ ਕਿ ਤੁਸੀਂ ਕਿਸੇ ਬਾਹਰਲੇ ਮੁਲਕ 'ਚ ਹੈਗੇ ਹੋ। ਤੁਹਾਨੂੰ ਪੰਜਾਬ ਦਾ ਹੀ ਭੁਲੇਖਾ ਪੈਂਦਾ ਕਿਉਂਕਿ ਤੁਹਾਨੂੰ ਆਪਣੇ ਲੋਕ ਮਿਲਦੇ ਨੇ, ਪੰਜਾਬੀ ਨੇ ਬਹੁਤ ਸਾਰੇ ਥਾਵਾਂ 'ਤੇ, ਤਾਂ ਜਿਹੜਾ ਜਿਵੇਂ ਬ੍ਰੈਂਪਟਨ ਹੋ ਗਿਆ, ਹੋਰ ਵੀ ਕੈਲਗਰੀ, ਹੋਰ ਬਹੁਤ ਸਾਰੀਆਂ ਥਾਵਾਂ ਨੇ ਜਿੱਥੇ ਮਤਲਬ ਬਹੁਤ ਵੱਡੇ ਲੈਵਲ 'ਤੇ ਪੰਜਾਬੀ ਨੇ, ਸਰਦਾਰ ਨੇ, ਪੱਗਾਂ ਦਿਖਦੀਆਂ ਨੇ ਦੂਰੋਂ, ਹੈ ਨਾ। ਔਰ ਵੈਸੇ ਵੀ ਤੁਸੀਂ, ਤੁਹਾਨੂੰ ਹਰੇਕ ਕੈਨੇਡਾ ਦੇ ਵੀ ਤੁਸੀਂ ਕਿਤੇ ਵੀ ਚਲਾਓ, ਚਲੇ ਜਾਓ, ਦੂਜਾ ਤੀਜਾ ਬੰਦਾ ਤੁਹਾਨੂੰ ਜਿਹੜਾ ਹੈਗਾ ਉਹ ਪੰਜਾਬੀ ਜਾਂ ਇੰਡੀਅਨ ਮਿਲ ਹੀ ਜਾਏਗਾ ਆਪਣੀ ਕਮਿਊਨਿਟੀ ਦਾ। ਕਈ ਥਾਵਾਂ 'ਤੇ ਤੁਹਾਨੂੰ ਜਿਹੜੀ ਹੈਗੀ ਹੈ ਕਿ ਜਿਵੇਂ ਤੁਸੀਂ ਕੁਛ ਖਾਣ ਚੱਲੇ ਹੋ, ਟਿਮ ਹੋਟਲ ਦੇ ਜਾ ਰਹੇ ਹੋ, ਜਾਂ ਤੁਸੀਂ ਕਿਸੇ ਗਰੋਸਰੀ ਸਟੋਰ ਜਾ ਰਹੇ ਹੋ, ਹੈ ਨਾ, ਤਾਂ ਤੁਹਾਨੂੰ ਉੱਥੇ ਆਪਣੇ ਬੰਦੇ ਜਿਹੜੇ ਉਹ ਮਿਲ ਹੀ ਜਾਂਦੇ ਨੇ। ਸੋ ਕਹਿਣ ਦਾ ਮਤਲਬ ਕਿ ਪੰਜਾਬੀ ਸ਼ੁਰੂ ਤੋਂ ਹੀ ਪੰਜਾਬੀਆਂ ਦਾ ਜਿਹੜਾ ਰੁਝਾਨ ਹੈ ਉਹ ਕੈਨੇਡਾ ਵੱਲ ਰਿਹਾ, ਅਤੇ ਹਰ ਇੱਕ ਪੰਜਾਬੀ ਦੀ ਤਮੰਨਾ ਇਹ ਹੈਗੀ ਹੈ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਕੈਨੇਡਾ ਜਿਹੜਾ ਹੈਗਾ ਇੱਕ ਵਾਰੀ ਮੂਵ ਹੋ ਜਾ। ਸੋ ਅੱਜ ਆਪਾਂ ਇਸੇ ਦੇ ਤਹਿਤ ਹੀ ਆਪਾਂ ਗੱਲ ਕਰਾਂਗੇ ਕਿ ਤੁਸੀਂ ਵਰਕ ਪਰਮਿਟ 'ਤੇ ਕਿਵੇਂ ਜਿਹੜਾ ਹੈਗਾ ਕੈਨੇਡਾ ਆ ਸਕਦੇ ਹੈਗੇ ਹੋ। ਦੋਸਤੋ, ਵਰਕ ਪਰਮਿਟ ਦੇ ਤੌਰ 'ਤੇ ਆਉਣ ਦੇ ਵੱਖੋ ਵੱਖਰੇ ਰਸਤੇ ਹੈਗੇ ਨੇ। ਕੈਨੇਡਾ ਨੇ ਵਰਕ ਪਰਮਿਟ ਨੂੰ ਅਲੱਗ ਅਲੱਗ ਕੈਟਾਗਰੀਜ਼ ਦੇ ਵਿੱਚ ਵੰਡਿਆ ਹੋਇਆ, ਜਿਵੇਂ ਪੰਜਾਬੀ 'ਚ ਗੱਲ ਕਰਾਂ, ਸੂਚੀਬੱਧ ਕੀਤਾ ਹੋਇਆ, ਹੈ ਨਾ, ਕਿ ਕਿਸ ਤਰ੍ਹਾਂ ਦੇ ਕੰਮ 'ਤੇ ਕਿਸ ਤਰ੍ਹਾਂ ਦੇ ਲੋਕ ਜਿਹੜੇ ਆ ਸਕਦੇ ਨੇ। ਸੋ ਜਿਵੇਂ ਕੁੱਕ ਹੈਗੇ ਉਹ ਨੇ, ਜੇ ਫਰਜ਼ ਕਰੋ ਤੁਸੀਂ ਐਜ਼ ਏ ਕੁੱਕ ਆਉਣਾ ਚਾਹੁੰਦੇ ਹੋ, ਤਾਂ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਘੱਟੋ ਘੱਟ ਪਲੱਸ ਟੂ ਹੋਣੀ ਚਾਹੀਦੀ ਹੈ, ਤੁਹਾਨੂੰ 3 ਸਾਲ ਦਾ ਐਕਸਪੀਰੀਅੰਸ ਹੈਗਾ, ਠੀਕ ਹੈ। ਜੇ ਆਪਾਂ ਦੂਜੇ ਪਾਸਿਓਂ ਗੱਲ ਕਰੀਏ ਵੀ ਇੰਡੀਆ ਤੋਂ ਕਿਹੜੇ ਕਿਹੜੇ ਲੋਕ ਆ ਸਕਦੇ ਨੇ, ਇੰਡੀਆ ਤੋਂ ਕੋਈ ਵੀ ਕੈਨੇਡਾ ਆ ਸਕਦਾ, ਵਰਕ ਪਰਮਿਟ ਆ ਸਕਦਾ, ਬਸ਼ਰਤੇ ਤੁਹਾਨੂੰ ਅੰਗਰੇਜ਼ੀ ਆਉਂਦੀ ਹੋਵੇ। ਜੇ ਤੁਹਾਨੂੰ ਇੰਗਲਿਸ਼ ਆਉਂਦੀ ਹੈਗੀ ਹੈ ਤਾਂ ਤੁਹਾਡਾ ਕੈਨੇਡਾ ਆਉਣਾ ਕੋਈ ਔਖਾ ਨਹੀਂ ਹੈਗਾ, ਕਿਉਂਕਿ ਮਿਨੀਮਮ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਪਲੱਸ ਟੂ ਹੋਣੀ ਚਾਹੀਦੀ ਹੈ, ਔਰ ਤੁਹਾਡਾ ਕਿਸੇ ਵੀ ਲਾਈਨ ਦੇ ਵਿੱਚ 3 ਸਾਲ ਦਾ ਐਕਸਪੀਰੀਅੰਸ ਹੋਵੇ, ਤੁਹਾਡੀ ਉਮਰ 40 ਸਾਲ ਤੋਂ ਘੱਟ ਹੋਵੇ। ਹਾਂ, ਤੁਹਾਨੂੰ ਇੰਗਲਿਸ਼ ਆਵੇ, ਯਾਨੀ ਕਿ ਤੁਸੀਂ ਆਈਲੈਟਸ ਕਲੀਅਰ ਕਰ ਸਕੋ। ਹੁਣ ਆਈਲੈਟਸ ਦੇ ਵੀ ਕਈ ਪੜਾਵ ਹੈਗੇ ਨੇ, ਹੈ ਨਾ, ਵੀ ਕਿੰਨੇ ਬੈਂਡ ਹੋਣੇ ਚਾਹੀਦੇ ਨੇ। ਸੋ ਦੋਸਤੋ, ਕੁਛ ਇਸ ਤਰ੍ਹਾਂ ਦੀਆਂ ਕੈਟਾਗਰੀਜ਼ ਹੈਗੀਆਂ ਨੇ ਜਿਹਦੇ ਤੁਸੀਂ ਬਹੁਤ ਘੱਟ ਬੈਂਡ ਲੈ ਕੇ ਵੀ ਕੈਨੇਡਾ ਵਰਕ ਪਰਮਿਟ 'ਤੇ ਆ ਸਕਦੇ ਹੋ, ਹੈ ਨਾ। 4.5-4 ਬੈਂਡ, ਅੱਜ ਮੈਂ ਇੱਕ ਲਾਇਰ ਦੇ ਨਾਲ ਬੈਠਿਆ ਸੀਗਾ, ਮੈਂ ਹੈਰਾਨ ਰਹਿ ਗਿਆ, ਉਹ ਕਹਿੰਦੇ ਵੀ ਕੁਛ ਕੈਟਾਗਰੀ ਇਸ ਤਰ੍ਹਾਂ ਦੀਆਂ ਵੀ ਹੈਗੀਆਂ ਨੇ ਕੁਛ ਸਟੇਟ ਦੇ ਵਿੱਚ, ਜਿੱਥੇ ਤੁਹਾਡੇ ਜੇ 3.5 ਬੈਂਡ ਵੀ ਹੈਗੇ ਨੇ ਨਾ, ਤਾਂ ਵੀ ਤੁਸੀਂ ਕੈਨੇਡਾ ਦਾ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ। ਸੋ ਅਵੇਅਰ ਹੋਣ ਦੀ ਲੋੜ ਹੈ ਆਪਣੇ ਲੋਕਾਂ ਨੂੰ, ਪਤਾ ਹੀ ਨਹੀਂ ਹੁੰਦਾ, ਹੈ ਨਾ, ਆਪਾਂ ਉਹੀ ਏਜੰਟਾਂ ਦੇ ਚੱਕਰ 'ਚ ਫਸ ਜਾਂਦੇ ਹੈਗੇ ਹਾਂ, ਲੱਖਾਂ ਰੁਪਏ ਆਪਾਂ ਬਰਬਾਦ ਕਰ ਲੈਂਦੇ ਹਾਂ, ਅਤੇ ਕੰਮ ਆਪਣਾ ਜਿਹੜਾ ਹੈਗਾ ਉਹ ਫਿਰ ਵੀ ਨਹੀਂ ਬਣਦਾ। ਪਰ ਇਹਦੇ ਵਿੱਚ ਕੀ ਹੈ ਕਿ ਅਵੇਅਰਨੈਸ ਦੀ ਲੋੜ ਹੈ, ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਿਸ ਤਰ੍ਹਾਂ ਦੇ ਲੋਕ ਕੈਨੇਡਾ ਲੀਗਲੀ ਤੌਰ 'ਤੇ ਜਿਹੜੇ ਹੈਗੇ ਨੇ ਉਹ ਆ ਸਕਦੇ ਨੇ। ਇਹਦੇ ਵਿੱਚ ਦੋਸਤੋ ਜਿਵੇਂ ਮੈਂ ਗੱਲ ਕੀਤੀ ਹੈ ਵੀ ਕੈਟਾਗਰੀਜ਼ ਹੁੰਦੀਆਂ ਨੇ ਕੰਮ ਦੀਆਂ, ਹੈ ਨਾ, ਜਿਵੇਂ ਏ ਬੀ ਸੀ ਓ ਅਤੇ ਡੀ। ਏ ਬੀ ਅਤੇ ਓ ਜਿਹੜੀਆਂ ਇਹ ਕੈਟਾਗਰੀ ਨੇ, ਇਹਦੇ ਵਿੱਚ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਮਿਨੀਮਮ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ, ਤੁਹਾਨੂੰ ਕਿਸੇ ਵੀ ਲਾਈਨ ਦਾ 3 ਸਾਲ ਦਾ ਐਕਸਪੀਰੀਅੰਸ ਹੋਵੇ, ਤੁਹਾਡੀ ਉਮਰ 45 ਸਾਲ ਤੋਂ ਘੱਟ ਹੋਵੇ, ਤੇ ਤੁਹਾਡੇ 5.5-6 ਬੈਂਡ ਹੋਣ, ਤਾਂ ਤੁਸੀਂ ਇਹਨਾਂ ਕੈਟਾਗਰੀ ਦੇ ਵਿੱਚ ਵਿਦ ਫੈਮਿਲੀ ਆ ਸਕਦੇ ਹੋ। ਯਾਨੀ ਕਿ ਜੇਕਰ ਤੁਸੀਂ ਸ਼ਰਤਾਂ ਪੂਰੀਆਂ ਕਰਦੇ ਹੋ, ਤੁਸੀਂ ਇਕੱਲੇ ਨਹੀਂ, ਤੁਹਾਡੀ ਵਾਈਫ, ਬੱਚੇ ਵੀ ਤੁਹਾਡੇ ਨਾਲ ਜਿਹੜੇ ਹੈਗੇ ਨੇ ਉਹ ਆ ਸਕਦੇ ਨੇ। ਸੀ ਅਤੇ ਡੀ ਲੇਬਰ ਕੈਟਾਗਰੀ ਹੈ, ਇਹਦੇ ਵਿੱਚ ਦੋਸਤੋ ਤੁਹਾਨੂੰ ਇਕੱਲਿਆਂ ਨੂੰ ਵੀ ਆਉਣਾ ਪਵੇਗਾ, ਤੁਸੀਂ ਫੈਮਿਲੀ ਨਾਲ ਨਹੀਂ ਆ ਸਕਦੇ। ਅਤੇ ਸੀ ਅਤੇ ਡੀ ਕੈਟਾਗਰੀ ਦੇ ਵਿੱਚ ਵੀ ਕੁਛ ਕੰਮ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਵਿੱਚ ਆਈਲੈਟਸ ਦੀ ਜਿਹੜੀ ਹੈਗੀ ਹੈ ਜ਼ਰੂਰਤ ਨਹੀਂ ਪੈਂਦੀ, ਸੋ ਤੁਸੀਂ ਵਿਦਾਊਟ ਆਈਲੈਟਸ ਤੋਂ ਵੀ ਇਹਨਾਂ ਕੈਟਾਗਰੀ ਦੇ ਵਿੱਚ ਜਿਹੜੇ ਹੈਗੇ ਆ ਉਹ ਆ ਸਕਦੇ ਹੋ। ਜਿਵੇਂ ਫਾਰਮ ਵਰਕਰ ਹੋ ਗਏ, ਕੰਸਟਰਕਸ਼ਨ ਵਰਕਰ ਹੋ ਗਏ, ਪੈਟ ਗਰੂਮਰ ਹੋ ਗਏ, ਐਨੀਮਲ ਕੇਅਰ ਟੈਕਰ ਹੋ ਗਏ, ਹੋਰ ਕਈ ਤਰ੍ਹਾਂ ਦੀਆਂ ਕੈਟਾਗਰੀਜ਼ ਨੇ ਜਿਹਦੇ ਵਿੱਚ ਤੁਸੀਂ ਵਿਦਾਊਟ ਆਈਲੈਟਸ ਤੋਂ ਵੀ ਆ ਸਕਦੇ ਹੋ। ਪਰ ਹਾਂ, ਤੁਹਾਨੂੰ ਇੱਕ ਭਰੋਸੇਯੋਗ ਕੰਸਲਟੈਂਟ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਇੰਡੀਆ 'ਚ ਵੀ ਅਤੇ ਕੈਨੇਡਾ 'ਚ ਵੀ ਠੱਗੀ ਮਾਰਨ ਵਾਲੇ ਬਹੁਤ ਬੈਠੇ ਨੇ। ਤੁਹਾਨੂੰ ਬੇਵਕੂਫ ਬਣਾਉਣਗੇ ਜੀ, ਤੁਹਾਡਾ ਵੀਜ਼ਾ ਲਵਾ ਦਾਂਗੇ, ਤੁਹਾਨੂੰ ਸ਼ਰਤਾਂ ਕੁਛ ਹੋਰ ਦੱਸੀਆਂ ਜਾਂਦੀਆਂ ਨੇ, ਅਤੇ ਬਾਅਦ ਦੇ ਵਿੱਚ ਜਦੋਂ ਐਕਚੁਅਲ ਫਾਈਲ ਲੱਗਦੀ ਹੈ ਉਦੋਂ ਕੁਛ ਕਹਾਣੀ ਹੋਰ ਨਿਕਲਦੀ ਹੈ।
ਉਹਦਾ ਅਗਰ ਤੁਹਾਡੇ ਤੋਂ ਐਲਮਾਈ ਦੇ ਨਾਂ 'ਤੇ ਪੈਸਾ ਲੈ ਕੇ ਜਿਹੜਾ ਪੈਸੇ ਦਾ ਗਮਨ ਹੋ ਜਾਂਦਾ ਹੈਗਾ। ਸੋ ਸਭ ਤੋਂ ਪਹਿਲਾਂ ਜ਼ਰੂਰੀ ਹੈਗਾ ਕਿ ਤੁਸੀਂ ਇੱਕ ਵਧੀਆ ਕੰਸਲਟੈਂਟ ਦੀ ਚੋਣ ਕਰੋ, ਉਹ ਕੰਸਲਟੈਂਟ ਜਿਹੜਾ ਤੁਹਾਡੇ ਤੁਹਾਡੀ ਫਾਈਲ ਨੂੰ ਵਧੀਆ ਤਰੀਕੇ ਨਾਲ ਲਾ ਸਕੇ, ਜਿਸ 'ਤੇ ਤੁਸੀਂ ਵਿਸ਼ਵਾਸ ਕਰ ਸਕੋ, ਜੋ ਤੁਹਾਡਾ ਪੈਸਾ ਖਰਾਬ ਹੋਣ ਨਾ ਦੇਵੇ। ਸੋ ਕੋਸ਼ਿਸ਼ ਕਰੋ ਕਿ ਕੋਈ ਜਾਣਕਾਰ ਬੰਦਾ ਹੋਵੇ, ਕੋਸ਼ਿਸ਼ ਕਰੋ ਤੁਹਾਡੇ ਕਿਸੇ ਰਿਸ਼ਤੇਦਾਰ ਦੇ ਯਾਰ ਦੋਸਤ ਦੇ ਥਰੂ ਅੱਗੇ ਉਹਦੇ ਕੰਟੈਕਟ ਦੇ ਵਿੱਚ ਹੋਵੇ, ਕਿਉਂਕਿ ਵਰਕ ਪਰਮਿਟ ਦੇ ਵਿੱਚ ਜਿਹੜੀ ਦਿੱਕਤ ਹੈਗੀ ਆ, ਪੈਸਾ ਬਹੁਤ ਇਨਵੋਲਵ ਹੁੰਦਾ ਹੈਗਾ, ਹੈ ਨਾ। ਐਲਮਾਈ ਦੇ ਤੌਰ 'ਤੇ ਹੀ 4-4, 5-5 ਹਜ਼ਾਰ ਡਾਲਰ ਜਿਹੜਾ ਹੈਗਾ ਉਹ ਲੈ ਦਿੱਤਾ ਜਾਂਦਾ ਹੈਗਾ। ਸੋ ਆਮ ਬੰਦੇ ਵਾਸਤੇ ਜਿਹੜਾ ਆਲਰੇਡੀ ਸਰਵਾਈਵ ਕਰ ਰਿਹਾ ਹੈਗਾ ਇੰਡੀਆ ਤੋਂ, ਹੈ ਨਾ, ਜਿਹੜਾ ਆਲਰੇਡੀ ਬੇਰੁਜ਼ਗਾਰ ਹੈਗਾ, ਕਿਉਂਕਿ ਇੰਡੀਆ ਕੋਈ ਹਰ ਇੱਕ ਬੰਦਾ ਲੈਣ ਲੋੜ ਤਾਂ ਹੁੰਦਾ ਨਹੀਂ ਹੈਗਾ, ਕਿ ਤੁਹਾਡੇ ਕੋਲ ਪੈਸੇ ਬਹੁਤ ਜ਼ਿਆਦਾ ਪਏ ਨੇ। ਸੋ ਹਰ ਇੱਕ ਬੰਦਾ ਕਿਸੇ ਨਾ ਕਿਸੇ ਤਰੀਕੇ ਨਾਲ ਕੈਨੇਡਾ ਮੂਵ ਹੋਣਾ ਚਾਹੁੰਦਾ ਹੈ, ਚਾਹੇ ਉਹ ਕਿਤੋਂ ਫੜ ਕੇ ਪੈਸੇ ਆਵੇ, ਚਾਹੇ ਆਪਦੀ ਜ਼ਮੀਨ ਜਾਇਦਾਦ ਵੇਚ ਕੇ ਆਵੇ, ਚਾਹੇ ਕਿਸੇ ਵਿਆਜੀ ਪੈਸੇ ਫੜ ਕੇ ਆਵੇ, ਕਿਉਂਕਿ ਪੈਸਾ ਹਰ ਇੱਕ ਬੰਦੇ ਕੋਲ ਨਹੀਂ ਹੁੰਦਾ, ਹੈ ਨਾ। ਜੇ ਇੰਡੀਆ 'ਚ ਹੀ ਪੈਸਾ ਹੋਵੇ ਫਿਰ ਬੰਦਾ ਇੱਧਰ ਮੂਵ ਕਿਉਂ ਕਰੇ, ਉੱਥੇ ਹੀ ਕੋਈ ਨਾ ਕੋਈ ਸੈਟਿੰਗ ਕਰ ਲੈਂਦਾ। ਸੋ ਆਉਂਦਾ ਤਾਂ ਬੰਦਾ ਹਾਲਾਤਾਂ ਦਾ ਮਾਰਿਆ ਹੋਇਆ ਆਉਂਦਾ, ਜਾਂ ਫਿਰ ਆਰਥਿਕ ਤੰਗੀਆਂ ਤਰੋਸ਼ੀਆਂ ਦਾ ਮਾਰਿਆ ਹੋਇਆ ਬੰਦਾ ਹੀ ਆਉਂਦਾ। ਸੋ ਉਹਦੇ ਕੋਲ ਇੰਨੇ ਪੈਸੇ ਨਹੀਂ ਹੁੰਦੇ, ਇਸ ਕਰਕੇ ਇਹ ਬਹੁਤ ਖਿਆਲ ਰੱਖਣ ਦੀ ਲੋੜ ਹੁੰਦੀ ਹੈ ਕਿ ਤੁਹਾਡਾ ਪੈਸਾ ਖਰਾਬ ਨਾ ਹੋਵੇ। ਇਸ ਕਰਕੇ ਜਿਹੜਾ ਆਪਦਾ ਤੁਸੀਂ ਕੇਸ ਲਗਵਾਉਣਾ ਹੈਗਾ, ਉਹ ਕਿਸੇ ਭਰੋਸੇਯੋਗ ਤੋਂ, ਆਪਣੇ ਕਿਸੇ ਖਾਸ ਨੇੜੇ ਵਾਲੇ ਬੰਦੇ ਤੋਂ, ਜਾਂ ਜਿਸ 'ਤੇ ਤੁਹਾਨੂੰ ਭਰੋਸਾ ਵੀ ਹਾਂ ਕਿ ਇਹ ਬੰਦਾ ਹੈਗਾ ਜਿਹੜਾ ਮੇਰਾ ਕੰਮ ਸਿਰੇ ਲਾ ਸਕਦਾ ਹੈਗਾ। ਸੋ ਇਸ ਤਰ੍ਹਾਂ ਦੇ ਬੰਦੇ ਦਾ ਜੇ ਤੁਸੀਂ ਕੰਮ ਦੋਸਤੋ ਕਰਵਾਉਂਦੇ ਹੋ ਤਾਂ ਤੁਸੀਂ ਕੈਨੇਡਾ ਜਿਹੜਾ ਹੈਗਾ ਆ ਸਕਦੇ ਹੋ। ਕੈਨੇਡਾ ਆ ਕੇ ਵੀ ਇਹ ਨਹੀਂ ਹੈਗਾ ਕਿ ਤੁਸੀਂ ਕੈਨੇਡਾ ਆ ਕੇ ਤੁਹਾਡੀਆਂ ਸਾਰੀਆਂ ਪ੍ਰੋਬਲਮਸ ਖਤਮ ਹੋ ਗਈਆਂ, ਇੱਥੇ ਵੀ ਬਹੁਤ ਸਾਰੀਆਂ ਪ੍ਰੋਬਲਮਸ ਹੈਗੀਆਂ ਨੇ। ਇੱਥੇ ਆ ਕੇ ਜੇ ਤੁਸੀਂ ਉਰੇ ਪਹੁੰਚ ਜਾਂਦੇ ਹੋ, ਉਰੇ ਫਿਰ ਅਲੱਗ ਤਰ੍ਹਾਂ ਦੀਆਂ ਪ੍ਰੋਬਲਮਸ ਉਹ ਸ਼ੁਰੂ ਹੋ ਜਾਂਦੀਆਂ ਨੇ, ਹੈ ਨਾ, ਕਿ ਤੁਸੀਂ ਆ ਕੇ ਤੁਹਾਨੂੰ ਪੇ ਆਊਟ ਕਿੰਨਾ ਮਿਲਦਾ ਹੈ। ਕਈ ਲੋਕ ਉਹੀ ਜਿਹੜੇ ਮਿਨੀਮਮ ਵੀਜ਼ਾ ਤੁਹਾਨੂੰ ਉਹੀ ਪੇ ਕਰਦੇ ਨੇ, ਉਸ ਨਾਲ ਪੈਸੇ ਪੂਰੇ ਨਹੀਂ ਹੁੰਦੇ, ਹੈ ਨਾ। ਇੱਥੇ ਆ ਕੇ ਵੀ ਦਿੱਕਤਾਂ ਬਹੁਤ ਨੇ, ਫਿਰ ਕੱਲ ਨੂੰ PR ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ, ਠੀਕ ਹੈ ਜੀ, ਕਿ ਜਿਸ ਬੰਦੇ ਨੇ ਤੁਹਾਨੂੰ ਬੁਲਾਇਆ ਕਿ ਉਹ ਤੁਹਾਨੂੰ ਜੌਬ ਦੇ ਰਿਹਾ ਹੈਗਾ, ਜੇ ਤੁਹਾਨੂੰ ਜੌਬ ਦੇਵੇ ਤੁਹਾਡਾ ਐਕਸਪੀਰੀਅੰਸ ਸ਼ੋਅ ਹੋਣਾ ਚਾਹੀਦਾ PR ਵਾਸਤੇ, ਤਾਂ ਤੁਹਾਡੀ PR ਹੋ ਸਕਦੀ ਹੈਗੀ ਹੈ। ਸੋ ਸਭ ਤੋਂ ਪਹਿਲਾਂ ਤੁਸੀਂ ਕੈਨੇਡਾ ਬਾਰੇ ਜੇ ਸੋਚਦੇ ਹੈਗੇ ਹੋ, ਜੇਕਰ ਤੁਸੀਂ ਵਰਕ ਪਰਮਿਟ ਬਾਰੇ ਸੋਚਦੇ ਹੋ, ਪਹਿਲਾਂ ਤੁਹਾਨੂੰ ਇਸ ਚੀਜ਼ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਵਰਕ ਪਰਮਿਟ ਕਿਵੇਂ ਲੱਗਦਾ ਹੈਗਾ, ਵਰਕ ਪਰਮਿਟ ਦਾ ਕ੍ਰਾਈਟੇਰੀਆ ਕੀ ਹੁੰਦਾ, ਵਰਕ ਪਰਮਿਟ ਦੀਆਂ ਸ਼ਰਤਾਂ ਕੀ ਹੁੰਦੀਆਂ ਨੇ, ਕੀ ਤੁਸੀਂ ਉਹ ਸ਼ਰਤਾਂ ਪੂਰੀਆਂ ਕਰਦੇ ਹੈਗੇ ਹੋ, ਹੈ ਨਾ। ਸੋ ਸਭ ਤੋਂ ਪਹਿਲਾਂ ਤੁਹਾਨੂੰ ਇਹ ਚੀਜ਼ਾਂ ਦੇਖਣੀਆਂ ਪੈਣਗੀਆਂ, ਸੋਚਣੀਆਂ ਪੈਣਗੀਆਂ, ਸਮਝਣੀਆਂ ਪੈਣਗੀਆਂ, ਇਸ ਤੋਂ ਬਾਅਦ ਹੀ ਤੁਸੀਂ ਜਿਹੜਾ ਆਪਦਾ ਨੈਕਸਟ ਸਟੈਪ ਦੋਸਤੋ ਉਹ ਚੱਕ ਸਕਦੇ ਹੈਗੇ ਹੋ, ਅਤੇ ਆਪਦੇ ਸੁਪਨੇ ਜਿਹੜੇ ਹੈਗੇ ਹੋ ਉਹ ਸਾਕਾਰ ਕਰ ਸਕਦੇ ਹੋ। ਸੋ ਉਮੀਦ ਕਰਦਾ ਕਿ ਮੇਰੀ ਵੀਡੀਓ ਤੁਹਾਨੂੰ ਇਹ ਵਧੀਆ ਲੱਗੀ ਹੋਵੇਗੀ। ਮੇਰਾ ਹਮੇਸ਼ਾ ਹੀ ਇਹ ਕੋਸ਼ਿਸ਼ ਰਹਿੰਦੀ ਹੈ ਮੇਰੀ ਕਿ ਮੈਂ ਤੁਹਾਨੂੰ ਵੱਧ ਤੋਂ ਵੱਧ ਵਧੀਆ ਤੋਂ ਵਧੀਆ ਜਿਹੜੀ ਜਾਣਕਾਰੀ ਮੁਹੱਈਆ ਕਰਵਾ ਸਕਾਂ। ਸੋ ਦੋਸਤੋ ਉਮੀਦ ਕਰਦਾ ਮੇਰੀ ਵੀਡੀਓ ਵਧੀਆ ਲੱਗੀ ਹੋਵੇਗੀ। ਜੇਕਰ ਵਧੀਆ ਲੱਗ ਰਹੀ ਹੈ ਵੀਡੀਓ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ, ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ। ਜੇਕਰ ਤੁਸੀਂ ਪਹਿਲੀ ਵਾਰੀ ਮੇਰਾ ਚੈਨਲ ਦੇਖ ਰਹੇ ਹੋ, ਮੇਰੀ ਵੀਡੀਓ ਦੇਖ ਰਹੇ ਹੋ, ਤਾਂ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ, ਬੈਲ ਦਾ ਬਟਨ ਦਬਾਓ, ਤਾਂ ਕਿ ਆਉਣ ਵਾਲੀ ਹਰੇਕ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।